फगवाड़ा विखे झोने की पराली के प्रबंधन वाली खेती मशीनरी ते सबसिडी लई मशीनरी पड़ताल कैंप लगाया गया, जिस विच बलविंदर सिंह धालीवाल विशेष तौर ते पहुंचे। इस संबंधी गलबात करते हुए फगवाड़ा MLA बलविंदर सिंह धालीवाल ने कहा कि खेतीबाड़ी ते किसान भलाई विभाग वालों वक वक किसानां नूं खेतीबाड़ी नाल संबंधित मशीनरी दिती जा रही है। ਇਹ ਫਗਵਾੜੇ ਲਈ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਅੱਜ ਕੱਲ ਮਸ਼ੀਨਰੀ ਬਿਨਾ ਖੇਤੀ ਕਰਨੀ ਬਹੁਤ ਮੁਸ਼ਕਿਲ ਹੈ। ਸਾਡੇ ਸਾਰੇ ਖਾਸ ਕਰਕੇ ਫਗਵਾੜੇ ਹਲਕੇ ਦੇ ਬੜੀ ਖੁਸ਼ੀ ਵਾਲੀ ਗੱਲ ਹੈ। ਐਗਰੀਕਲਚਰ ਮਹਿਕਮੇ ਵੱਲੋਂ ਜਿਹੜਾ ਹੈਗਾ ਅੱਜ ਵੱਖ ਵੱਖ ਪਿੰਡਾਂ ਦੀਆਂ ਜਿਹੜੀਆਂ ਐਗਰੀਕਲਚਰ ਸੁਸਾਇਟੀਆਂ ਬਣੀਆਂ ਹੋਈਆਂ ਪੰਚਾਇਤਾਂ ਨੂੰ ਅਤੇ ਵਿਅਕਤੀਗਤ ਤੌਰ 'ਤੇ ਜਿਹੜੀ ਹੈਗੀ ਹੈ ਖੇਤੀਬਾੜੀ ਨਾਲ ਸੰਬੰਧਿਤ ਜਿਹੜੀ ਮਸ਼ੀਨਰੀ ਅੱਜ ਦਿੱਤੀ ਜਾ ਰਹੀ ਹੈ ਔਰ 86 ਟੋਟਲ ਇਹਦੇ ਵਿੱਚ ਜਿਹੜੀ ਹੈਗੀ ਹੈ ਕਣਕ ਬੀਜਣ ਵਾਲੀਆਂ ਮਸ਼ੀਨਾਂ ਰੋਟਾਵੇਟਰ ਵਗੈਰਾ ਬਹੁਤ ਜਿਹੜਾ ਹੈਗਾ ਪਲਾਈ ਕਿੱਟਣ ਵਾਲੀਆਂ ਜਿਹੜੀ ਹੈਗੀ ਉਹ ਸਾਰੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ। ਖੁਸ਼ੀ ਵਾਲੀ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਸੁਸਾਇਟੀ ਹੈਗੀ ਆ ਉਹਨੂੰ 80% ਸਬਸਿਡੀ ਹੈਗੀ ਆ, ਜੋ ਪੰਚਾਇਤ ਹੈਗੀ ਆ ਉਹਨੂੰ ਵੀ 80% ਹੈਗੀ ਆ, ਜੇ ਕੋਈ ਵਿਅਕਤੀਗਤ ਤੌਰ 'ਤੇ ਰਹਿੰਦਾ 50% ਉਹ ਸਬਸਿਡੀ ਹੈਗੀ ਆ। ਕਿਉਂਕਿ ਆਪਾਂ ਸਾਰੇ ਜਾਣਦੇ ਕਿ ਅੱਜ ਕੱਲ੍ਹ ਜਿਹੜਾ ਮਸ਼ੀਨੀ ਯੁੱਗ ਹੈਗਾ ਅਤੇ ਮਸ਼ੀਨੀ ਯੁੱਗ ਵਿੱਚ ਅੱਜ ਜਿੱਦਾਂ ਜਾਣ ਕੇ ਮਸ਼ੀਨਰੀ ਤੋਂ ਬਿਨਾਂ ਜਿਹੜਾ ਹੈਗਾ ਖੇਤੀਬਾੜੀ ਕਰਨੀ ਜਾਂ ਹੋਰ ਵੀ ਕੋਈ ਧੰਦਾ ਕਰਨਾ ਹੈਗਾ ਮੁਸ਼ਕਲ ਹੈਗਾ। ਇਸ ਕਰਕੇ ਇਸ ਸਮੇਂ ਵਿੱਚ ਔਰ ਜਿਸ ਤਰ੍ਹਾਂ ਕਿ ਇਸ ਵਾਰੀ ਜਿਹੜਾ ਬਾਰਿਸ਼ ਦੇ ਕਾਰਨ ਜਿਹੜਾ ਹੈਗਾ ਝੋਨੇ ਦੀ ਜਿਹੜੀ ਕਟਾਈ ਅਤੇ ਨਾਲ ਦੀ ਜਿਹੜੀ ਕਣਕ ਦੀ ਬਿਜਾਈ ਹੈਗੀ ਉਹ ਲੇਟ ਹੋ ਚੁੱਕੀ ਸੀ। ਉਹ ਅੱਜ ਜਿੰਨੀ ਵੀ ਮਸ਼ੀਨਰੀ ਜਿਹੜੀ ਹੈਗੀ ਲਗਭਗ 86 ਜਿਹੜੇ ਅਲੱਗ ਅਲੱਗ ਕਿਸਾਂ ਦੇ ਵਿੱਚ ਇਹ ਜਿਹੜੀ ਮਸ਼ੀਨਰੀ ਜਿਹੜੇ ਹੈਗੇ ਨੇ ਉਹਦੇ ਨਾਲ ਜਿਹੜੀ ਹੈਗੀ ਆ ਜੋ ਸਾਡੀ ਪਹਿਲਾਂ ਆਲਰੇਡੀ ਜਿਹੜੀ ਬਿਜਾਈ ਲੇਟ ਸਕਦੀ ਆ ਤਾਂ ਉਹਦੇ ਵਿੱਚ ਕਾਫੀ ਸਹਾਇਤਾ ਮਿਲੇਗੀ। ਨਾਲ ਹੀ ਮੈਂ ਸਾਰੇ ਹੀ ਜਿੰਨੀਆਂ ਵੀ ਸੁਸਾਇਟੀ ਕਮੇਟੀਆਂ ਹੈਗੀਆਂ ਪ੍ਰਧਾਨ ਹੈਗੇ ਨੇ ਬਾਕੀ ਜਿੰਨੇ ਵੀ ਪੰਚਾਇਤਾਂ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿੰਨੀ ਵੀ ਮਸ਼ੀਨਰੀ ਮਿਲਦੀ ਹੈਗੀ ਆ ਸਾਫ਼ ਸੰਭਾਲ ਰੱਖਣ ਤਾਂ ਜੋ ਲੰਬੇ ਸਮੇਂ ਤੱਕ ਇਹ ਸਾਰੇ ਲੋਕਾਂ ਦੀ ਸੇਵਾ ਕਰਦੇ ਰਹਿਣ। ਜਿਹਦੇ ਵਿੱਚ ਵਿਅਕਤੀਗਤ ਤੌਰ 'ਤੇ ਇਕੱਲੇ ਬੰਦੇ ਨੂੰ ਜਿਹੜੀ ਕੋਈ ਵੀ ਜਿਹੜਾ ਸਮਝ ਜਿਹੜਾ ਖਰੀਦਣਾ ਹੈਗਾ ਉਹਨੂੰ ਮੁਸ਼ਕਲ ਹੋ ਜਾਂਦਾ, ਜਦੋਂ ਸੁਸਾਇਟੀ ਦੇ ਤੌਰ 'ਤੇ ਆਪਾਂ ਲੈਂਦੇ ਹਾਂ ਤਾਂ ਜਿਹੜਾ ਸਾਂਝਾ ਹੋ ਜਾਂਦਾ ਹੈਗਾ ਇੱਕ ਸਾਰੇ ਜਿਹੜੇ ਹੈਗੇ ਉਹਨੂੰ ਆਪਣੀ ਬਾਰੀ ਸਾਰ ਜਿਹੜਾ ਹੈਗਾ ਆਪਦਾ ਯੂਜ਼ ਕਰ ਲੈਂਦਾ ਹੈਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਇੱਕ ਕਿਸਾਨ ਭਰਾਵੇ ਦਾ ਲੋਡ ਨਹੀਂ ਪੈਂਦਾ। ਇਸ ਕਰਕੇ ਮੈਂ ਆਪਣੇ ਵੱਲੋਂ ਉਸ ਨੂੰ ਸਾਡੇ ਫਗਵਾੜਾ ਵਾਸੀਆਂ ਵੱਲੋਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਅਲੱਗ ਅਲੱਗ ਵਧਾਈ ਦਿੰਦਾ ਅਤੇ ਨਾਲ ਹੀ ਐਗਰੀਕਲਚਰ ਮਹਿਕਮੇ ਦੇ ਜਿਹੜੇ ਏਡੀਓ ਹੈਗੇ ਪਰਮੀਤ ਸਿੰਘ ਜੀ ਉਹਨਾਂ ਨੂੰ ਵੀ ਵਧਾਈ ਹੈਗੀ ਉਹਨਾਂ ਨੂੰ ਇੱਕੋ ਦਿਨ ਬੁਲਾ ਕੇ ਵੈਰੀਫਿਕੇਸ਼ਨ ਕਰਾ ਕੇ ਜਿਹੜੇ ਹੈਡਓਵਰ ਕਰੇ ਕਿਉਂਕਿ ਇਹਨਾਂ ਦਾ ਦੋ ਦੋ ਮਹੀਨੇ ਜਿਹੜੇ ਹੈਗੇ ਵੈਰੀਫਿਕੇਸ਼ਨ ਦਾ ਕੰਮ ਚੱਲਦਾ ਰਹਿੰਦਾ। ਇਸ ਕਰਕੇ ਵਧਾਈ ਦੇ ਪਾਤਰ ਨੇ ਔਰ ਇਹਨਾਂ ਨੇ ਆਪਦੇ ਜਿਹੜੀ ਮਿਹਨਤ ਸਦਕਾ ਜਿਹੜਾ ਹੈਗਾ ਅੱਜ ਇੱਕੋ ਦਿਨ ਵੈਰੀਫਿਕੇਸ਼ਨ ਕਰਾ ਕੇ ਜਿਹੜੇ ਹੈਗੇ ਮਸ਼ੀਨਰੀ ਹੈਂਡਓਵਰ ਕਰ ਰਹੇ ਧੰਨਵਾਦ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਫਗਵਾੜੇ ਦਾ ਸਿੰਘਟ੍ਰੋਨਿਕ ਪੰਜਾਬ ਵਿੱਚ ਸਭ ਤੋਂ ਸਸਤਾ ਬਣਿਆ ਮੋਬਾਈਲਾਂ ਦਾ ਸਟੋਰ, ਜਿੱਥੇ ਐਪਲ, ਸੈਮਸੰਗ, ਵੀਵੋ, ਓਪੋ, ਰੀਅਲਮੀ, MI ਦੇ ਫੋਨ ਆਨਲਾਈਨ ਨਾਲੋਂ ਵੀ ਸਸਤੇ ਮਿਲਦੇ ਹਨ। ਇੱਥੇ ਕੋਈ ਵੀ ਨਵਾਂ ਫੋਨ ਖਰੀਦੋ, ਨਾਲ ਪਾਓ ਫ੍ਰੀ ਗਿਫਟ। ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਅੰਦਰ ਘੱਟ ਰੇਟਾਂ ਤੇ ਮੋਬਾਈਲ ਰਿਪੇਅਰ ਵੀ ਕੀਤੀ ਜਾਂਦੀ ਹੈ। ਫਗਵਾੜਾ ਦੇ 20 ਕਿਲੋਮੀਟਰ ਦੇ ਏਰੀਆ ਵਿੱਚ ਫਾਈਨੈਂਸ ਦੀ ਸੁਵਿਧਾ ਵੀ ਉਪਲਬਧ ਹੈ। ਸਿੰਘਟ੍ਰੋਨਿਕ ਤੋਂ ਤੁਸੀਂ ਆਸਾਨ ਕਿਸ਼ਤਾਂ ਤੇ ਵੀ ਫੋਨ ਖਰੀਦ ਸਕਦੇ ਹੋ, ਨਾਲ ਮਿਲਣਗੇ ਆਕਰਸ਼ਿਤ ਗਿਫਟ। ਇੱਥੇ ਸੈਕਿੰਡ ਹੈਂਡ ਫੋਨ ਤੇ ਮੋਬਾਈਲਾਂ ਦੀ ਹਰ ਤਰ੍ਹਾਂ ਦੀ ਅਸੈਸਰੀ ਵੀ ਮਿਲਦੀ ਹੈ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਸਿੰਘਟ੍ਰੋਨਿਕਸ ਮੋਬਾਈਲਸ ਗੈਜਟਸ ਐਂਡ ਰਿਪੇਅਰ, ਗੁਰੂ ਹਰਗੋਬਿੰਦ ਨਗਰ, ਫਗਵਾੜਾ। ਵਧੇਰੇ ਜਾਣਕਾਰੀ ਲਈ ਕਾਲ ਕਰੋ 98141 0824 98552 22000।